ਪੁਲਿਸ ਵੱਲੋਂ ਜਿਹੜੀ ਹੈ ਫਾਇਰਿੰਗ ਚੱਲਦੀ ਹੈ, ਜਿਸ ਵਿਚਾਲੇ ਹੁਣ ਹਰਿਆਣਾ ਪੁਲਿਸ ਹਰਿਆਣਾ ਜਿਹੜੇ ਨੇ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀ ਜਿਹੜੇ ਸ਼ੰਭੂ ਬੋਰਡਰ ਦੇ ਡਟੇ ਹੋਏ ਨੇ, ਉਹਨਾਂ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਉਹਨਾਂ ਨੇ 2 ਦਿਨ ਲਈ ਜਿਹੜੇ ਆਪਣੇ ਦਿੱਲੀ ਕੂਚ ਦਾ ਫੈਸਲਾ ਹੈ ਉਸ ਨੂੰ ਮੁਲਤਵੀ ਕਰ ਦਿੱਤਾ ਹੈ ਅਤੇ ਹੁਣ ਸ਼ੁੱਕਰਵਾਰ ਨੂੰ ਅਗਲਾ ਫੈਸਲਾ ਲੈਣਗੇ, ਜਿਸ ਨੂੰ ਲੈ ਕੇ ਮੇਰੇ ਸਹਿਯੋਗੀ ਜਿਹੜੇ ਸ਼ੰਭੂ ਬੋਰਡਰ ਦੇ ਜੁੜੇ ਹੋਏ ਨੇ ਵਨੀਤ ਜੀ। ਵਨੀਤ, ਕਿਸਾਨਾਂ ਵੱਲੋਂ 2 ਦਿਨ ਲਈ ਜਿਹੜਾ ਆਪਣਾ ਫੈਸਲਾ ਦਿੱਲੀ ਕੂਚ ਦਾ ਮੁਲਤਵੀ ਕਰ ਦਿੱਤਾ, ਇਸ ਨੂੰ ਲੈ ਕੇ ਤੁਹਾਡੇ ਕੋਲ ਹੋਰ ਵਧੇਰੀ ਕੀ ਜਾਣਕਾਰੀ ਹੈ? ਬਿਲਕੁਲ, ਦੇਖੋ ਜਿਸ ਢੰਗ ਦੇ ਨਾਲ ਹੁਣ ਤੋਂ ਕੁਛ ਦੇਰ ਪਹਿਲਾਂ ਕਿਸਾਨ ਆਗੂਆਂ ਦੀ ਸ਼ੰਭੂ ਬਾਰਡਰ ਦੇ ਉੱਪਰ ਇੱਕ ਬੈਠਕ ਹੋਈ ਹੈ, ਕਿਉਂਕਿ ਖਨੌਰੀ ਦੇ ਵਿੱਚ ਅੱਜ ਜੋ ਕੁਛ ਹੋਇਆ, ਜਿਸ ਢੰਗ ਦੇ ਨਾਲ ਇੱਕ 21 ਸਾਲ ਦੇ ਨੌਜਵਾਨ ਦੀ ਮੌਤ ਹੋਈ ਹੈ, ਉਸਨੂੰ ਕਿਤੇ ਨਾ ਕਿਤੇ ਸ਼ਰਧਾਂਜਲੀ ਦਿੱਤੀ ਜਾਊਗੀ ਕੱਲ੍ਹ ਸਭ ਤੋਂ ਪਹਿਲਾਂ ਤੇ, ਔਰ ਫਿਰ ਉਸਦੇ ਜਿਹੜਾ ਸੰਸਕਾਰ ਆ ਉਸਦੇ ਵਿੱਚ ਕਿਸਾਨ ਆਗੂ ਜਿਹੜੇ ਨੇ ਉਹ ਵੀ ਸ਼ਾਮਿਲ ਹੁੰਦੇ ਨਜ਼ਰ ਆਉਣਗੇ, ਔਰ ਅੰਦੋਲਨ ਜਿਹੜਾ ਦਿੱਲੀ ਵੱਲੋਂ ਕੂਚ ਕਰਨਾ ਸੀ ਉਸ ਅੰਦੋਲਨ ਨੂੰ ਅਗਲੇ 2 ਦਿਨ ਲਈ ਮੁਲਤਵੀ ਕਰ ਦਿੱਤਾ ਗਿਆ। ਪਰਸੋਂ ਸ਼ਾਮ ਅਗਲੀ ਰਣਨੀਤੀ ਦਾ ਐਲਾਨ ਕਰਨਗੇ ਕਿਸਾਨ ਆਗੂ ਕਿ ਪਰਸੋਂ ਸ਼ਾਮ ਉਹਨਾਂ ਦੀ ਅਗਲੀ ਰਣਨੀਤੀ ਕੀ ਹੁੰਦੀ ਹੈ, ਕਿਉਂਕਿ ਅੱਜ ਜਿਸ ਢੰਗ ਦੀ ਕਾਰਵਾਈ ਸ਼ੰਭੂ ਬਾਰਡਰ ਦੇ ਉੱਪਰ ਹੋਈ ਹੈ, ਅੱਜ ਜਿਸ ਢੰਗ ਦੀ ਕਾਰਵਾਈ ਖਨੌਰੀ ਬਾਰਡਰ ਦੇ ਉੱਪਰ ਹੋਈ ਹੈ ਉਸਦੇ ਉੱਪਰ ਮੰਥਨ ਕੀਤਾ ਜਾਊਗਾ, ਕਿਉਂਕਿ ਪੰਜਾਬ ਸਰਕਾਰ ਨੂੰ ਵੀ ਇੱਥੇ ਅਗਰਹਿ ਕੀਤਾ ਗਿਆ ਕਿ ਪੰਜਾਬ ਸਰਕਾਰ ਵੀ ਕੜਾ ਐਕਸ਼ਨ ਲਏ ਕਿ ਜਿਹੜੇ ਪੰਜਾਬ ਦੇ ਹੱਦ ਦੇ ਵਿੱਚ ਏਰੀਏ ਪੈਂਦੇ ਨੇ ਉਹਨਾਂ ਦੇ ਵਿੱਚ ਜਿਸ ਢੰਗ ਦੇ ਨਾਲ ਪੈਰਾਮਿਲਟਰੀ ਫੋਰਸਿਸ ਉਸ ਹੱਦ ਦੇ ਵਿੱਚ ਆ ਕੇ ਕਿਸਾਨਾਂ ਦੇ ਉੱਪਰ ਦਹਿਸ਼ਤ ਢਾਂਡੀਆਂ ਨਜ਼ਰ ਆਈਆਂ ਨੇ, ਕਿਸਾਨਾਂ ਦੇ ਉੱਪਰ 3rd degree ਟੋਰਚਰ ਕੀਤਾ ਗਿਆ, ਉਹਨਾਂ ਦੇ ਉੱਪਰ ਲਾਠੀਆਂ ਵਰਸਾਈਆਂ ਗਈਆਂ ਨੇ, ਇੱਕ ਬਜ਼ੁਰਗ ਦੀ ਲੱਤਾਂ ਤੱਕ ਤੋੜ ਦਿੱਤੀਆਂ ਗਈਆਂ ਨੇ। ਸਰਵਣ ਸਿੰਘ ਸੰਦੇਰ ਕਹਿੰਦੇ ਕਿ ਉਹ ਮੁੱਖ ਮੰਤਰੀ ਪੰਜਾਬ ਨੂੰ ਵੀ ਅਗਰਹਿ ਕਹਿੰਦੇ ਕਰਦੇ ਨੇ ਕਿ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਇੱਥੇ ਕੜਾ ਸੰਗਿਆਨ ਲੈਣ ਤੇ ਕੋਈ ਐਕਸ਼ਨ ਲੈਣ ਤਾਂ ਕਿ ਮੁੜ ਤੋਂ ਜਿਹੜੀ ਹਰਿਆਣਾ ਫੋਰਸ ਹੈ ਜਾਂ ਫਿਰ ਪੈਰਾਮਿਲਟਰੀ ਉਹ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਿਸਾਨਾਂ ਦੇ ਉੱਪਰ ਤਸ਼ੱਦਦ ਨਾ ਢਾਏ ਨੇ। ਤੁਸੀਂ ਦੇਖ ਸਕਦੇ ਹੋ ਸਵੇਰੇ ਦੀ ਕਾਲ ਦਿੱਤੀ ਗਈ ਸੀ ਕਿ 11 ਵਜੇ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲੋਂ ਅੱਗੇ ਵਧਣਗੇ, ਹਾਲਾਂਕਿ ਅੱਜ ਕਿਸਾਨਾਂ ਨੇ 1 time ਵਧਣਾ ਨਹੀਂ ਸੀ ਕਿਉਂਕਿ ਕਿਸਾਨ ਆਗੂਆਂ ਦੇ ਆਦੇਸ਼ ਨਹੀਂ ਸੀ, ਉਸ ਤੋਂ ਬਾਅਦ ਵੀ ਪੁਲਿਸ ਦੀ ਤਰਫੋਂ ਜਿਸ ਢੰਗ ਦੇ ਨਾਲ ਉਹਨਾਂ ਦੇ ਉੱਪਰ ਜਿਹੜੇ ਅੱਥਰੂ ਗੈਸ ਦੇ ਗੋਲੇ ਵਰਸਾਏ ਜਾਂਦੇ ਨੇ ਤੇ ਇਸਦਾ ਆਕਰੋਸ਼ ਵੇਖਣ ਨੂੰ ਮਿਲਦਾ ਹੈ ਨੌਜਵਾਨਾਂ ਦੇ ਵਿੱਚ, ਕਿਸਾਨਾਂ ਦੇ ਵਿੱਚ। ਲੇਕਿਨ ਹੁਣ ਫੈਸਲਾ ਲਿੱਤਾ ਗਿਆ ਕਿ ਅਗਲੇ 2 ਦਿਨ ਯਾਨੀ ਪਰਸੋਂ ਸ਼ਾਮ ਤੱਕ ਕਿਸਾਨ ਜਿਹੜੇ ਨੇ ਦੋਨੋਂ ਬਾਰਡਰਾਂ ਤੋਂ ਦਿੱਲੀ ਵੱਲੋਂ ਕੂਚ ਨਹੀਂ ਕਰਨਗੇ, ਦੋਨੋਂ ਬਾਰਡਰ ਜਿਹੜੇ ਨੇ ਉਹਨਾਂ ਦੇ ਉੱਪਰ ਕਿਸਾਨ ਡਟੇ ਰਹਿਣਗੇ। ਪਰਸੋਂ ਸ਼ਾਮੀ ਸਾਰੀ ਸਿਚੁਏਸ਼ਨ ਕਲੀਅਰ ਹੋਏਗੀ, ਰਣਨੀਤੀ ਬਣਾਈ ਜਾਏਗੀ, ਇਸ ਤੋਂ ਬਾਅਦ ਅਗਲੇ ਕੂਚ ਦਾ ਫੈਸਲਾ ਹੋਊਗਾ। ਜੀ, ਜਿਵੇਂ ਲਗਾਤਾਰ ਹਰਿਆਣਾ ਬੋਰਡਰ ਸ਼ੰਭੂ ਬੋਰਡਰ ਤੇ ਲਗਾਤਾਰ ਕਿਸਾਨਾਂ ਵੱਲੋਂ ਵੀ ਅਟੈਕ ਕੀਤੇ ਜਾ ਰਹੇ ਨੇ, ਜਿਸ ਨੂੰ ਲੈ ਕੇ ਹਰਿਆਣਾ ਪੁਲਿਸ ਜਿਹੜੀ ਹੈ ਹਰਿਆਣਾ ਪੁਲਿਸ ਵੱਲੋਂ ਵੀ ਬਿਆਨ ਸਾਹਮਣੇ ਆਏ ਨੇ ਕਿ ਕਿਸਾਨਾਂ ਵੱਲੋਂ ਪਰਾਲੀਆਂ ਸਾੜੀਆਂ ਗਈਆਂ ਜਿਸ ਦੇ ਵਿੱਚ ਮਿਰਚੀ ਦਾ ਪਾਊਡਰ ਵੱਲੋਂ ਜਿਹੜਾ ਰੱਖਿਆ ਗਿਆ ਤੇ ਜਿਸ ਤੋਂ ਬਾਅਦ ਸਾਡੇ ਤੇ ਅਟੈਕ ਕੀਤਾ ਗਿਆ। ਦੂਜੇ ਪਾਸੇ ਜਿਹੜੇ ਨੇ ਹਰਿਆਣਾ ਦੇ ਕਿਸਾਨਾਂ ਆਗੂ ਜਿਹੜੇ ਨੇ ਅਭਿਮਨੂ ਕੁਹਾਰ, ਉਹਨਾਂ ਵੱਲੋਂ ਵੀ ਇੱਕ ਬਿਆਨ ਸਾਹਮਣੇ ਆਇਆ ਗਿਆ ਕਿ ਹਰਿਆਣਾ ਪੁਲਿਸ ਵੱਲੋਂ ਕਾਫੀ ਬੇਰਹਿਮੀ ਦੇ ਨਾਲ ਕਿਸਾਨਾਂ ਤੇ ਅਟੈਕ ਕੀਤਾ ਗਿਆ, ਉਹਨਾਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਫਿਰ ਉਹਦੇ ਨਾਲ ਕੁੱਟਮਾਰ ਕੀਤੀ ਗਈ ਹੈ। ਅਜਿਹੀ ਜਿਹੜੀ ਇਹ ਘਟਨਾਵਾਂ ਸਾਹਮਣੇ ਆਈਆਂ ਤਾਂ ਕਰਕੇ ਫੈਸਲਾ ਲਿਆ ਗਿਆ, ਹੋਰ ਕਿਹੜੀ ਰੀਜ਼ਨ ਹੋ ਸਕਦੇ ਨੇ ਜਿਸ ਕਰਕੇ 2 ਦਿਨ ਦਾ ਜਿਹੜਾ ਇਹ ਫੈਸਲਾ ਮੁਲਤਵੀ ਕੀਤਾ ਗਿਆ? ਮੇਨ ਆਹੀ ਰੀਜ਼ਨ ਹੈ ਕਿ ਜਿਹੜੇ ਇੱਕ ਤੇ ਖਨੌਰੀ ਬਾਰਡਰ ਦੇ ਉੱਪਰ ਜਿਸ ਢੰਗ ਦੇ ਨਾਲ ਪੁਲਿਸ ਦੀ ਤਰਫੋਂ ਪੈਰਾਮਿਲਟਰੀ ਦੀ ਤਰਫੋਂ ਕਿਸਾਨਾਂ ਦੇ ਉੱਪਰ ਤਸ਼ੱਦਦ ਢਾਈ ਗਈ ਹੈ, ਇੱਕ ਤੇ ਉਸ ਸਾਰੀ ਸਿਚੁਏਸ਼ਨ ਦੇ ਉੱਪਰ ਮੰਥਨ ਕੀਤਾ ਜਾਏਗਾ। ਦੂਜੇ ਪਾਸੇ ਅੱਜ ਜਿਸ ਢੰਗ ਦੇ ਨਾਲ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਆਗੂ ਖੁਦ ਆਪਣੀ ਅਗਵਾਈ ਦੇ ਵਿੱਚ ਯੂਥ ਨੂੰ ਅੱਗੇ ਲੈ ਕੇ ਜਾ ਰਹੇ ਸੀ, ਲੇਕਿਨ ਉਹਨਾਂ ਦੇ ਉੱਪਰ ਥਰੂ ਗੈਸ ਦੇ ਗੋਲੇ ਵਰਸਾਏ ਗਏ ਤੇ ਸਾਰੀ ਸਿਚੁਏਸ਼ਨ ਐਨਾਲਾਈਜ਼ ਕੀਤਾ ਜਾਏਗਾ। ਜਿਹੜੀ ਖ਼ਬਰ ਸਾਹਮਣੇ ਆ ਰਹੀ ਹੈ 21 ਸਾਲਾ ਨੌਜਵਾਨ ਦੀ
ਗੋਲੀ ਲੱਗਣ ਕਰਕੇ ਮੌਤ ਹੋ ਗਈ ਹੈ। ਹਾਲਾਂਕਿ ਪੋਸਟਮਾਰਟਮ ਰਿਪੋਰਟ ਕਲੀਅਰ ਹੋਏਗਾ ਕਿ ਕਿਹੜੀ ਗੋਲੀ ਸੀ, ਕਿਸ ਢੰਗ ਦੇ ਨਾਲ ਇਸ ਨੌਜਵਾਨ ਦੇ ਲੱਗੀ ਹੈ, ਤੇ ਉਹ ਸਾਰੀ ਸਿਚੁਏਸ਼ਨ ਨੂੰ ਰਿਵਿਊ ਕਰਨ ਤੋਂ ਬਾਅਦ ਹੀ ਕਿਸਾਨ ਆਗੂ ਜਿਹੜੇ ਨੇ ਉਹ ਅਗਲਾ ਫੈਸਲਾ ਲੈਣਗੇ। ਕਿਉਂਕਿ ਦੂਜੇ ਪਾਸੇ ਕੇਂਦਰ ਦੀ ਤਰਫੋਂ ਵੀ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੀਟਿੰਗ ਕਰ ਲਓ, ਮੀਟਿੰਗ ਦੇ ਵਿੱਚ ਮਸਲੇ ਦਾ ਹੱਲ ਨਿਕਲ ਜਾਏਗਾ। ਹਾਲਾਂਕਿ ਅੱਜ ਸਰਵਣ ਸਿੰਘ ਭੰਦੇਰੀਆ ਦੇ ਨਾਲ ਦੱਸਿਆ ਕਿ ਉਹਨਾਂ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਰਾਹੀਂ ਕੇਂਦਰ ਸਰਕਾਰ ਨੂੰ ਸੁਨੇਹਾ ਭੇਜਿਆ ਸੀ ਕਿ ਅਗਰ ਕੇਂਦਰ ਸਰਕਾਰ MSP ਦੇ ਉੱਪਰ ਚਰਚਾ ਕਰਨੀ ਚਾਹੁੰਦੀ ਹੈ ਤੇ ਅਸੀਂ ਬੈਠਕ ਕਰਨ ਲਈ ਤਿਆਰ ਹਾਂ, ਲੇਕਿਨ ਜੇਕਰ MSP ਤੇ ਚਰਚਾ ਨਹੀਂ ਕਰਨੀ ਤੇ ਫਿਰ ਬੈਠਕ ਕਰਨ ਦਾ ਕੋਈ ਫਾਇਦਾ ਨਹੀਂ ਹੈ। ਔਰ ਅਗਰ ਬੈਠਕ ਕਰਨਾ ਚਾਹੁੰਦੀ ਹੈ ਤੇ ਖੁਦ ਸੈਂਟਰ ਮਿਨਿਸਟਰ ਜਿਹੜੇ ਨੇ ਟਵੀਟ ਕਰਕੇ ਇਸ ਖਬਰ ਦੀ ਜਾਣਕਾਰੀ ਦੇਣ ਕਿ ਉਹ ਕਿਸਾਨਾਂ ਨਾਲ MSP ਦੇ ਮਸਲੇ ਤੇ ਗੱਲਬਾਤ ਕਰਨਾ ਚਾਹੁੰਦੇ ਨੇ। ਇੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਅਸੀਂ ਇਹ ਮੰਗ ਰੱਖੀ ਤੇ ਉਸ ਤੋਂ ਬਾਅਦ ਹਜੇ ਤੱਕ ਕੋਈ ਟਵੀਟ ਜਿਹੜਾ ਉਹ ਕੇਂਦਰੀ ਮੰਤਰੀ ਦਾ ਨਹੀਂ ਆਇਆ, ਕੇਂਦਰੀ ਮੰਤਰੀ ਕੁਛ ਹੋਰ ਹੀ ਟਵੀਟ ਕਰਦੇ ਹੋਏ ਨਜ਼ਰ ਆਏ ਨੇ, ਜਿਸ ਕਰਕੇ ਉਹਨਾਂ ਨੇ ਬੈਠਕ ਦਾ ਪ੍ਰਸਤਾਵ ਜਿਹੜਾ ਫਿਲਹਾਲ ਲਈ ਠੁਕਰਾ ਦਿੱਤਾ ਸੀ। ਹਾਲਾਂਕਿ ਅਗਲੇ ਦੋ ਦਿਨ ਕਿਸ ਤਰ੍ਹਾਂ ਦੀ ਰਣਨੀਤੀ ਬਣਦੀ ਹੈ ਹੁਣ ਉਹ ਵੇਖਣ ਵਾਲੀ ਗੱਲ ਰਹੇਗੀ ਕਿ ਕਿਆ ਮੁੜ ਤੋਂ ਕਿਸਾਨ ਆਗੂ ਜਿਹੜੇ ਨੇ ਉਹ ਕੇਂਦਰ ਦੇ ਨਾਲ ਬੈਠਕ ਕਰਦੇ ਨੇ, ਲੇਕਿਨ ਕੱਲ੍ਹ ਔਰ ਪਰਸੋਂ ਸ਼ਾਮ ਤੱਕ ਦਾ ਜਿਹੜਾ ਦਿਨ ਹੈ ਉਸ ਦੇ ਵਿੱਚ ਕਿਸਾਨ ਜਿਹੜੇ ਨੇ ਦਿੱਲੀ ਵੱਲੋਂ ਕੂਚ ਕਰਦੇ ਨਜ਼ਰ ਨਹੀਂ ਆਉਣਗੇ। ਕਿਉਂਕਿ ਕੱਲ੍ਹ ਤੇ ਜਿਸ ਨੌਜਵਾਨ ਦੀ ਜਿਹੜਾ ਵੱਲੋਂ ਪਿੰਡ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ, ਕੱਲ੍ਹ ਜੇਕਰ ਉਸਦੀ ਬੋਡੀ ਮਿਲ ਜਾਂਦੀ ਹੈ, ਉਸਦਾ ਜਿਹੜਾ ਹੈ ਉਹ ਕਿਸਾਨਾਂ ਨੂੰ ਮਿਲ ਜਾਂਦੀ ਹੈ ਤੇ ਫਿਰ ਉਸਦਾ ਅੰਤਿਮ ਸੰਸਕਾਰ, ਉਸਨੂੰ ਅੰਤਿਮ ਸ਼ਰਧਾਂਜਲੀ ਦੇ ਕੇ ਲੋਕਾਂ ਨੂੰ ਅੰਤਿਮ ਦਰਸ਼ਨ ਕਰਾ ਕੇ ਉਸਦਾ ਅੰਤਿਮ ਸੰਸਕਾਰ ਕਰਾਇਆ ਜਾਊਗਾ, ਜਿਸ ਵਿੱਚ ਸਾਰੇ ਕਿਸਾਨ ਆਗੂ ਸ਼ਾਮਲ ਹੋਣਗੇ। ਉਸ ਤੋਂ ਬਾਅਦ ਪਰਸੋਂ ਸ਼ਾਮ ਤੱਕ ਅਗਲੀ ਰਣਨੀਤੀ ਬਣਾਈ ਜਾਊਗੀ ਕਿ ਅਗਲੀ ਰਣਨੀਤੀ ਕੀ ਰਹਿੰਦੀ ਹੈ ਔਰ ਕਿਸ ਢੰਗ ਦੇ ਨਾਲ ਅੰਦੋਲਨ ਜਿਹੜਾ ਉਹ ਅੱਗੇ ਚੱਲਦਾ ਹੋਇਆ ਨਜ਼ਰ ਆਉਂਦਾ। ਕਿਉਂਕਿ ਇੱਕ ਪਾਸੇ ਇਸ ਅੰਦੋਲਨ ਨੂੰ ਵੇਖਦੇ ਹੋਏ ਹਰਿਆਣੇ ਦੀ ਜਿਹੜੀ ਚੰਡੂਲੀ ਕਿਸਾਨ ਬੰਦੀ ਆ ਉਸਦੀ ਤਰਫੋਂ ਵੀ ਅੱਜ ਆਪਣੇ ਆਗੂਆਂ ਦੀ ਆਪਾਤਕਾਲੀਨ ਬੈਠਕ ਬੁਲਾਈ ਗਈ ਸੀ। ਇਸੇ ਢੰਗ ਦੇ ਨਾਲ SKM ਜਿਹੜੀ ਹੈ ਉਹ ਵੀ ਲਗਾਤਾਰ ਬੈਠਕਾਂ ਕਰ ਰਹੀ ਹੈ, ਯਾਨੀ ਇਹਨਾਂ ਆਗੂਆਂ ਨੂੰ ਇੱਥੇ ਜਿਹੜਾ ਅੰਦੋਲਨ ਚੱਲ ਰਿਹਾ ਇਹਨਾਂ ਨੂੰ ਉਡੀਕ ਹੋਏਗੀ ਕਿ ਬਾਕੀ ਜਥੇਬੰਦੀਆਂ ਦੀ ਦਾ ਸਾਥ ਵੀ ਇਹਨਾਂ ਨੂੰ ਮਿਲਦਾ ਨਜ਼ਰ ਆਏ, ਜਿਸ ਨਾਲ ਅੰਦੋਲਨ ਹੋਰ ਮਜ਼ਬੂਤ ਹੁੰਦਾ ਨਜ਼ਰ ਆਏ ਔਰ ਕੇਂਦਰ ਤੇ ਜ਼ਿਆਦਾ ਪ੍ਰਭਾਵ ਪੈਂਦਾ ਹੋਇਆ ਨਜ਼ਰ ਆਏ। ਜੀ ਜਿਵੇਂ ਅੱਜ ਸਵੇਰ ਤੋਂ ਹੀ 11-12 ਵਜੇ ਤੋਂ ਹੀ ਲਗਾਤਾਰ ਜਿਹੜੀ ਤਸਵੀਰਾਂ ਦੇਖਣ ਨੂੰ ਮਿਲੀਆਂ ਉਹ ਕਾਫੀ ਹੈਰਾਨੀਜਨਕ ਸੀ। ਹੁਣ ਜਿਵੇਂ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਨਾਲ ਹੀ ਜਿਵੇਂ ਫੈਸਲਾ ਲਿਆ ਗਿਆ, ਹੁਣ ਜਿਹੜੇ ਸ਼ੰਭੂ ਬਾਰਡਰ ਦੇ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਤੇ ਕਿਹੋ ਜਿਹੀ ਸਥਿਤੀ ਜਿਹੜੀ ਹੈ ਹੁਣ ਬਣੀ ਹੋਈ ਹੈ? ਦੇਖੋ, ਸ਼ੰਭੂ ਬਾਰਡਰ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਸ਼ੰਭੂ ਬਾਰਡਰ ਤੋਂ ਜਿਹੜੇ ਸ਼ੰਭੂ ਬਾਰਡਰ ਦੇ ਰੇਗੂਲੀਆਂ ਨੇ, ਪੁਲਿਸ ਦਾ ਜਿੱਥੇ ਬੈਰੀਕੇਡਿੰਗ ਹੈ ਜਿਹੜਾ ਘੱਗਰ ਵਾਲਾ ਪੁੱਲ ਹੈ, ਉਸ ਤੋਂ ਨੌਜਵਾਨਾਂ ਨੂੰ ਕਿਸਾਨਾਂ ਨੂੰ ਵਾਪਸ ਬੁਲਾ ਲਿੱਤਾ ਗਿਆ ਕਿ ਤੁਸੀਂ ਜਾਬਤੇ ਦੇ ਵਿੱਚ ਰਹੋ, ਤੁਸੀਂ ਫਿਲਹਾਲ ਜਾਬਤਾ ਨਹੀਂ ਤੋੜਨਾ, ਕੋਈ ਵੀ ਕਿਸਾਨ ਕੋਈ ਵੀ ਨੌਜਵਾਨ ਜਿਹੜਾ ਉਹ ਜਦ ਤੱਕ ਅਗਲੇ ਆਦੇਸ਼ ਨਹੀਂ ਹੁੰਦੇ ਤਦ ਤੱਕ ਅੱਗੇ ਨਹੀਂ ਵਧੇਗਾ, ਜਿਸ ਕਰਕੇ ਸਿੱਧੇ ਤੌਰ ਤੇ ਜਿਹੜੀ ਪੁਲਿਸ ਦੀ ਤਰਫੋਂ ਲਗਾਤਾਰ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਸੀ, ਹੁਣ ਉਹ ਗੋਲੇ ਸੁੱਕਣ ਦਾ ਸਿਲਸਿਲਾ ਵੀ ਬੰਦ ਹੁੰਦਾ ਹੋਇਆ ਨਜ਼ਰ ਆਇਆ, ਯਾਨੀ ਦੋਨੋਂ ਪਾਸੇ ਹੁਣ ਸ਼ਾਂਤੀ ਦਾ ਮਾਹੌਲ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ। ਕਿਉਂਕਿ ਇੱਥੇ ਕਿਸਾਨ ਆਗੂ ਆਪਣੀ ਰਣਨੀਤੀ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ, ਯੂਥ ਜਿਹੜਾ ਉਹ ਪਿੱਛੇ ਆ ਚੁੱਕਿਆ, ਕਿਉਂਕਿ ਇੱਥੇ ਇੱਕ ਪਾਸੇ ਆਕਰੋਸ਼ ਹੈ ਪੁਲਿਸ ਦੀ ਕਾਰਵਾਈ ਨੂੰ ਲੈ ਕੇ, ਦੂਜੇ ਪਾਸੇ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਸਾਥੀ ਸ਼ਹੀਦ ਹੋਇਆ ਉਸ ਨੂੰ ਲੈ ਕੇ ਗਮਗੀਨ ਮਾਹੌਲ ਵੀ ਇੱਥੇ ਵੇਖਣ ਨੂੰ ਮਿਲ ਰਿਹਾ। ਹਾਲਾਂਕਿ ਹਰ ਕੋਈ ਉਸ 21 ਸਾਲਾ ਨੌਜਵਾਨ ਦੀ ਸ਼ਹਾਦਤ ਨੂੰ ਨਮਨ ਜ਼ਰੂਰ ਕਰਦਾ ਹੋਇਆ ਨਜ਼ਰ ਆ ਰਿਹਾ, ਲੇਕਿਨ ਕਿਤੇ ਨਾ ਕਿਤੇ ਗਮਗੀਨ ਮਾਹੌਲ ਜ਼ਰੂਰ ਹੈ, ਕਿਉਂਕਿ ਇਹਨਾਂ ਦਾ ਇੱਕ 21 ਸਾਲ ਦਾ ਸਾਥੀ ਜਿਸਦੀ 2-3 ਭੈਣਾਂ ਸੀ, ਇਕੱਲਾ ਇਕੱਲਾ ਭਰਾ ਸੀ, ਅੰਦੋਲਨ ਦੇ ਵਿੱਚ ਸ਼ਾਮਲ ਹੁੰਦਾ ਔਰ ਅੱਜ ਉਸਦੀ ਗੋਲੀ ਲੱਗਣ ਕਰਕੇ ਮੌਤ ਹੋ ਜਾਂਦੀ ਹੈ, ਤੇ ਕਿਤੇ ਨਾ ਕਿਤੇ ਗਮ ਵੀ ਹੈ, ਲੇਕਿਨ ਪੁਲਿਸ ਦੀ ਔਰ ਪੈਰਾਮਿਲਟਰੀ ਦੀ ਜਿਹੜੀ ਕਹਿ ਸਕਦੇ ਹਾਂ ਕਾਰਵਾਈ ਉਸ ਨੂੰ ਲੈ ਕੇ ਆਕਰੋਸ਼ ਵੀ ਵੇਖਣ ਨੂੰ ਮਿਲ ਰਿਹਾ। ਫਿਲਹਾਲ ਦੋਨੋਂ ਪਾਸਿਓਂ ਪੁਲਿਸ ਦੀ ਜੇਕਰ ਗੱਲ ਕਰੀਏ ਔਰ ਕਿਸਾਨਾਂ ਦੀ ਗੱਲ ਕਰੀਏ, ਦੋਨੋਂ ਪਾਸਿਓਂ ਸੰਘਰਸ਼ ਵਿਰਾਮ ਹੁੰਦਾ ਨਜ਼ਰ ਆਇਆ। 2 ਦਿਨ ਬਾਅਦ ਅਗਲੀ ਰਣਨੀਤੀ ਬਣੂਗੀ, ਵੇਖਣ ਵਾਲੀ ਗੱਲ ਰਹੇਗੀ ਕਿ ਅਗਲੀ ਰਣਨੀਤੀ ਦੇ ਵਿੱਚ ਅਗਲਾ ਕੀ ਫੈਸਲਾ ਹੁੰਦਾ ਨਜ਼ਰ ਆਉਂਦਾ। ਜੀ, ਜਾਣਕਾਰੀ ਲਈ ਧੰਨਵਾਦ ਵਨੀਤ। ਤੁਹਾਨੂੰ ਦੱਸ ਦਈਏ ਕਿ ਕਿਸਾਨ ਅੰਦੋਲਨ ਜਿਹੜਾ ਲਗਾਤਾਰ ਚੱਲ ਰਿਹਾ, 9ਵਾਂ ਦਿਨ ਜਿਹੜਾ ਇਹ ਹੋ ਚੁੱਕਿਆ ਹੈ, ਜੇ ਕਿਸਾਨ
ਕਿਸਾਨ ਅੰਦੋਲਨ ਲਗਾਤਾਰ ਚੱਲ ਰਿਹਾ, ਪਰ ਤਸਵੀਰਾਂ ਅੱਜ ਜਿਹੜੀਆਂ ਦੇਖਣ ਨੂੰ ਮਿਲੀਆਂ ਸਵੇਰੇ 11-12 ਵਜੇ ਤੋਂ ਹੀ ਲਗਾਤਾਰ ਕਾਫੀ ਹੈਰਾਨੀਜਨਕ ਵਾਲੀ ਤਸਵੀਰਾਂ ਸੀ। ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਲਗਾਤਾਰ ਕਿਸਾਨਾਂ 'ਤੇ ਦਾਗੇ ਜਾ ਰਹੇ ਸੀ, ਤੋ ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਸਵੇਰ ਤੋਂ ਹੀ ਦਿਖਾ ਰਹੇ ਹਾਂ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ 15 ਦਿਨ ਦੇ ਵਿੱਚ 15 ਮਿੰਟ ਦੇ ਵਿੱਚ ਹੀ ਜਿਹੜੇ ਨੇ 100 ਤੋਂ 200 ਗੋਲੇ ਜਿਹੜੇ ਨੇ ਉਹਨਾਂ 'ਤੇ ਬਰਸਾਏ ਗਏ, ਜਿਸ ਕਰਕੇ ਕਈ ਕਿਸਾਨ ਜਿਹੜੇ ਨੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਇੱਕ ਕਿਸਾਨ ਜਿਹੜਾ ਹੈ ਕਨੌਰੀ ਬਾਰਡਰ 'ਤੇ, ਇੱਕ ਨੌਜਵਾਨ ਕਨੌਰੀ ਬਾਰਡਰ 'ਤੇ ਜਿਹੜਾ 20 ਸਾਲ ਦਾ ਦੱਸਿਆ ਜਾ ਰਿਹਾ ਹੈ, ਸ਼ੁਭਕਰਨ ਸਿੰਘ, ਉਹਨਾਂ ਉਸਦੀ ਡੈਥ ਹੋ ਗਈ, ਜਿਸ 'ਤੇ 3 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਨਾਲ ਹੀ ਉਹ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਹੋਇਆ ਸੀ, ਉਸਦੀ ਵੀ ਡੈਥ ਹੋ ਗਈ, ਜਿਸ ਤੋਂ ਬਾਅਦ ਕਈ ਜਿਹੜੇ ਮੰਤਰੀ ਨੇ ਉਹਨਾਂ ਨੇ ਵੀ ਇਸ 'ਤੇ ਰੋਸ ਪ੍ਰਗਟ ਕੀਤਾ। ਪਰ ਜਿਹੜੇ ਹਰਿਆਣਾ ਬੋਰਡ, ਹਰਿਆਣਾ ਪੁਲਿਸ ਵੱਲੋਂ ਵੀ ਲਗਾਤਾਰ ਜਿਹੜੇ ਨੇ ਬਿਆਨ ਸਾਹਮਣੇ ਆ ਰਹੇ ਨੇ ਕਿ ਕਿਸਾਨਾਂ ਵੱਲੋਂ ਵੀ ਲਗਾਤਾਰ ਉਹਨਾਂ 'ਤੇ ਅਟੈਕ ਕੀਤੇ ਜਾ ਰਹੇ ਨੇ। ਹਰਿਆਣਾ ਪੁਲਿਸ ਦਾ ਇੱਕ ਟਵੀਟ ਵੀ ਸਾਹਮਣੇ ਆਇਆ ਕਿ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਖਬਰ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਕਿ ਉਹਨਾਂ ਵੱਲੋਂ ਇੱਕ ਨੌਜਵਾਨ ਨੂੰ ਜਿਹੜਾ ਇਹ ਅਗਵਾ ਕੀਤਾ ਗਿਆ, ਪਰ ਉਹਨਾਂ ਨੇ ਇੱਕ ਸਾਫ਼ ਤੌਰ 'ਤੇ ਕਿਹਾ ਸੀ ਅਸੀਂ ਅਗਵਾ ਨਹੀਂ ਕੀਤਾ, ਅਸੀਂ ਉਸ ਨੌਜਵਾਨ ਦੇ ਨੌਜਵਾਨ ਦੇ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਰੋਹਤਕ ਜਿਹੜਾ PGI ਉਸ ਦੇ ਵਿੱਚ ਦਾਖਲ ਕਰਵਾਇਆ, ਹੁਣ ਉਹ ਖਤਰੇ ਤੋਂ ਬਾਹਰ ਹੈ। ਉਸ ਤੋਂ ਬਾਅਦ ਇੱਕ ਹੋਰ ਟਵੀਟ ਕੀਤਾ ਜਾਂਦਾ ਹੈ ਕਿ ਜਿਹੜੇ ਕਿਸਾਨ ਜਿਹੜੇ ਜਥੇਬੰਦੀਆਂ ਵੱਲੋਂ ਲਗਾਤਾਰ ਪਰਾਲੀ ਸਾੜੀ ਜਾ ਰਹੀ ਹੈ, ਉਸ ਦੇ ਵਿੱਚ ਮਿਰਚੀ ਪਾਊਡਰ ਪਾ ਕੇ ਸਾਡੇ 'ਤੇ ਅਟੈਕ ਕੀਤਾ ਜਾ ਰਿਹਾ। ਲਗਾਤਾਰ ਕਿਸਾਨ ਜਥੇਬੰਦੀਆਂ ਲਗਾਤਾਰ ਕਹਿ ਰਹੀਆਂ ਨੇ ਕਿ ਹਾਂ ਅਸੀਂ ਸ਼ਾਂਤੀਮਈ ਦੇ ਨਾਲ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ, ਪਰ ਸਾਡੇ 'ਤੇ ਵੀ ਹਮਲੇ ਹੋ ਰਹੇ ਨੇ, ਸਾਡੇ ਵੀ ਕਈ ਪੁਲਿਸ ਕਰਮੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਦੂਜੇ ਪਾਸੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਵਿੱਚ ਵੀ ਉਹਨਾਂ ਦਾ ਲਗਾਤਾਰ ਬਿਆਨ ਆ ਰਿਹਾ। ਜੇਕਰ ਹਰਿਆਣਾ ਕਿਸਾਨ ਆਗੂ ਜਿਹੜੇ ਨੇ ਅਭਿਮਨਿਊ ਕੁਹਾਰ, ਉਹਨਾਂ ਵੱਲੋਂ ਵੀ ਬਿਆਨ ਸਾਹਮਣੇ ਆਇਆ ਕਿ ਸਾਡੇ 'ਤੇ ਲਗਾਤਾਰ ਅਟੈਕ ਕੀਤੇ ਜਾ ਰਹੇ ਨੇ, ਜਿਹੜੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ, ਕਿਸੇ ਤਰ੍ਹਾਂ ਦਾ ਹਥਿਆਰ ਜਾਂ ਕਿਸੇ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਨਹੀਂ ਕਰੇ, ਉਹਨਾਂ 'ਤੇ ਵੀ ਹਮਲੇ ਕੀਤੇ ਜਾ ਰਹੇ, ਉਹਨਾਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ, ਭੰਨਤੋੜ ਕੀਤੀ, ਉਹਨਾਂ ਦੇ ਲੱਤ ਪੈਰ ਵੀ ਜਿਹੜੇ ਤੋੜੇ ਗਏ ਨੇ, ਉਹ ਗੰਭੀਰ ਰੂਪ ਵਿੱਚ ਜ਼ਖਮੀ ਨੇ, ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਲਗਾਤਾਰ ਉਹਨਾਂ ਦਾ ਇਲਾਜ ਚੱਲ ਰਿਹਾ। ਹਰਿਆਣਾ ਪੁਲਿਸ ਜਿਹੜੀ ਹੈ ਸਾਡੇ 'ਤੇ ਕਾਫੀ ਤਸ਼ੱਦਦ ਜਿਹੜੀ ਹੈ ਢਾਰੀ ਹੈ, ਅਤੇ ਲਗਾਤਾਰ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਸ਼ੰਭੂ ਬਾਰਡਰ 'ਤੇ ਮਾਹੌਲ ਜਿਹੜਾ ਹੈ ਲਗਾਤਾਰ ਤਣਾਅਪੂਰਨ ਬਣਿਆ ਹੋਇਆ, ਦੋਨੋਂ ਪਾਸੇ ਜਿਹੜੇ ਨੇ ਹਮਲੇ ਕੀਤੇ ਜਾ ਰਹੇ ਨੇ। ਇੱਕ ਤਸਵੀਰਾਂ ਸਾਹਮਣੇ ਆਈਆਂ ਜਿਸ ਵਿੱਚ ਕਿਸਾਨ ਆਗੂਆਂ ਵੱਲੋਂ ਇੱਕ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਹਰਿਆਣਾ ਪੁਲਿਸ 'ਤੇ, ਜਿਸ ਦੀ ਤਸਵੀਰਾਂ ਸਾਹਮਣੇ ਆਈਆਂ। ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਵੀ ਜਿਹੜੇ ਕਿਸਾਨਾਂ 'ਤੇ ਲਗਾਤਾਰ ਜਿਹੜੇ ਨੇ ਹਮਲੇ ਕੀਤੇ ਗਏ, ਇਹ ਜਿੱਥੇ ਕਿਸਾਨ ਆਗੂ ਜਿਹੜੇ ਨੇ ਖੇਤਾਂ ਵਿੱਚ ਬੈਠੇ ਹੋਏ ਸੀ, ਲਗਾਤਾਰ ਸ਼ਾਂਤੀਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ, ਉਹਨਾਂ 'ਤੇ 15 ਮਿੰਟ ਦੇ ਵਿੱਚ 100 ਤੋਂ 200 ਗੋਲੇ ਜਿਹੜੇ ਨੇ ਅਸਰੂ ਗੈਸ ਦੇ ਗੋਲੇ ਜਿਹੜੇ ਨੇ ਉਹਨਾਂ 'ਤੇ ਦਾਗੇ ਗਏ, ਜਿਸ ਤੋਂ ਬਾਅਦ ਕਈ ਜਿਹੜੇ ਨੇ ਕਿਸਾਨ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ, ਲਗਾਤਾਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ, ਜ਼ਖਮੀ ਕਿਸਾਨਾਂ ਦਾ ਇਲਾਜ ਵੀ ਚੱਲ ਰਿਹਾ, ਪਰ ਕਈ ਕਿਸਾਨ ਜਿਹੜੇ ਨੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਨੇ, ਜਿਸ ਨੂੰ ਲੈ ਕੇ ਲਗਾਤਾਰ ਜਿਹੜੇ ਨੇ ਕਿਸਾਨ ਆਗੂ ਬਿਆਨਬਾਜ਼ੀ ਕਰ ਰਹੇ ਨੇ। ਪਰ ਦੂਜੇ ਪਾਸੇ ਜੇਕਰ ਹਰਿਆਣਾ ਪੁਲਿਸ ਹੈ, ਉਹ ਵੀ ਲਗਾਤਾਰ ਇਸ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੀ ਹੈ, ਟਵੀਟ ਕਰ ਰਹੀ ਹੈ, ਲਗਾਤਾਰ ਜਿਹੜੇ ਨੇ ਉਹ ਪੰਜਾਬ ਦੇ ਕਿਸਾਨ ਜਿਹੜੇ ਨੇ ਉਹਨਾਂ 'ਤੇ ਇਲਜ਼ਾਮ ਲਗਾ ਰਹੇ ਨੇ ਕਿ ਅਸੀਂ ਨਹੀਂ ਦੂਜੇ ਜਿਹੜੇ ਨੇ ਹਰਿਆਣਾ ਜਿਹੜੇ ਕਿਸਾਨ ਆਗੂ ਨੇ ਉਹ ਵੀ ਸਾਡੇ 'ਤੇ ਅਟੈਕ ਕਰ ਰਹੇ ਨੇ, ਸਾਡੇ 'ਤੇ ਹਮਲੇ ਕਰ ਰਹੇ ਨੇ, ਜਿਸ ਕਰਕੇ ਅਸੀਂ ਜਿਹੜੇ ਕਿਸਾਨ ਆਗੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਦੇ ਵਿੱਚ ਕਈ ਜਿਹੜੇ ਨੇ ਕਿਸਾਨ ਉਹ ਜ਼ਖਮੀ ਹੋਏ ਨੇ। ਅਸੀਂ ਕਿਸੇ 'ਤੇ ਸਿੱਧਾ ਅਟੈਕ ਨਹੀਂ ਕਰ ਰਹੇ, ਸਾਡੇ ਵੱਲੋਂ ਕੋਈ ਇੱਦਾਂ ਦੀ ਮਨਸ਼ਾ ਨਹੀਂ ਹੈਗੀ ਕਿ ਅਸੀਂ ਕਿਸੇ ਕਿਸਾਨ ਆਗੂ 'ਤੇ ਜਿਹੜੇ ਨੇ ਹਮਲਾ ਕਰੀਏ, ਪਰ ਜਿਵੇਂ ਸਾਡੇ 'ਤੇ ਅਟੈਕ ਹੋ ਰਿਹਾ ਹੈ, ਉਸ ਨੂੰ ਰੋਕਣ ਲਈ ਅਸੀਂ ਲਗਾਤਾਰ ਉਹਨਾਂ 'ਤੇ ਹਮਲੇ ਜਿਹੜੇ ਨੇ ਉਹ ਰੋਕਣ ਦੀ ਕੋਸ਼ਿਸ਼ ਕਰ ਰਹੇ, ਇਸ ਵਿਚਾਲੇ ਕਈ ਜਿਹੜੇ ਨੇ ਜ਼ਖਮੀ ਹੋਏ ਨੇ, ਪਰ ਜਿਹੜੇ ਹਰਿਆਣਾ ਪੁਲਿਸ ਹਰਿਆਣਾ ਜਿਹੜੇ
ਜਿਹੜੇ ਨੇ ਪੁਲਿਸ ਵੱਲੋਂ ਇਹ ਜਿਹੜੇ ਬਿਆਨਬਾਜ਼ੀ ਆ ਰਹੇ, ਪਰ ਦੂਜੇ ਪਾਸੇ ਜੇਕਰ ਕਿਸਾਨ ਦੀ ਗੱਲ ਹੈ, ਕਿਸਾਨ ਲਗਾਤਾਰ ਕਹਿ ਰਹੇ ਨੇ ਕਿ ਸਾਡੇ 'ਤੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ, ਤਸਵੀਰਾਂ ਵਿੱਚ ਵੀ ਸਾਹਮਣੇ ਆ ਕਿ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਲਗਾਤਾਰ ਜਿਹੜੇ ਉਹਨਾਂ 'ਤੇ ਸੁੱਟੇ ਜਾ ਰਹੇ ਨੇ, ਜਿਸ ਕਰਕੇ ਕਈ ਕਿਸਾਨ ਜ਼ਖਮੀ ਹੋਏ ਨੇ, ਜਿਨ੍ਹਾਂ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਇੱਕ ਨੌਜਵਾਨ ਜਿਹੜੇ ਕਨੌਰੀ ਬਾਰਡਰ 'ਤੇ ਮੌਜੂਦ ਹੈ, ਉਸ ਦੀ ਡੈਥ ਹੋ ਜਾਂਦੀ ਹੈ, 20 ਸਾਲ ਦਾ ਨੌਜਵਾਨ ਹੈ, 3 ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਦੀ ਮੌਤ ਹੋਈ ਹੈ ਤਸਵੀਰਾਂ, ਜਿਸ ਤੋਂ ਬਾਅਦ ਕਈ ਜਿਹੜੇ ਨੇ ਕਿਸਾਨ ਆਗੂ ਅਤੇ ਨਾਲ ਨਾਲ ਜਿਹੜੇ ਨੇ ਪੋਲੀਟੀਕਲ ਜਿਹੜੇ ਨੇ ਪੋਲੀਟੀਸ਼ੀਅਨ, ਉਹਨਾਂ ਵੱਲੋਂ ਵੀ ਜਿਹੜੀ ਹੈ ਬਿਆਨਬਾਜ਼ੀ ਕੀਤੀ ਜਾਂਦੀ ਹੈ, ਉਹਨਾਂ ਵੱਲੋਂ ਵੀ ਇਸ 'ਤੇ ਦੁੱਖ ਪ੍ਰਗਟਾਵਾ ਕੀਤਾ ਜਾਂਦਾ। ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਸ਼ੰਭੂ ਬਾਰਡਰ ਅਤੇ ਕਨੌਰੀ ਬਾਰਡਰ 'ਤੇ ਦਿਖਾ ਰਹੇ ਹਾਂ, ਜਿੱਥੇ ਕਿਸਾਨ ਵੱਲੋਂ ਅਤੇ ਨਾਲ ਹੀ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਇੱਕ ਦੂਜੇ 'ਤੇ ਹਮਲੇ ਕੀਤੇ ਜਾ ਰਹੇ ਨੇ, ਅਤੇ ਕਈ ਜਿਹੜੇ ਨੇ ਹਰਿਆਣਾ ਪੁਲਿਸ ਵੱਲੋਂ ਕਹਿਣਾ ਹੈ ਕਿ ਕਈ ਪੁਲਿਸ ਕਰਮੀ ਜਿਹੜੇ ਨੇ ਇਹਨਾਂ ਦੌਰਾਨ ਜ਼ਖਮੀ ਹੋਏ ਨੇ, ਅਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ 200 ਤੋਂ ਜਿਹੜੇ ਨੇ ਵੱਧ ਜਿਹੜੇ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਅਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।